ਹੌਪ ਗਲੋਬਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਗੁਰਵੈਲ ਸਿੰਘ ਵੱਲੋਂ ਪ੍ਰੋਗਰਾਮ ਗੁਰਮਤ ਵਿਚਾਰ ਵਿੱਚ ਸਵਾਗਤ ਸਤਸੰਗਤ ਜੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਦਵਾਨਾਂ ਨੂੰ ਲੈ ਕੇ ਆਪਜੀ ਦੇ ਰੂਬਰੂ ਹੁੰਦੇ ਆਂ ਤੇ ਉਹਨਾਂ ਦੇ ਨਾਲ ਅਸੀਂ ਕਰਦੇ ਆਂ ਗੁਰਮਤ ਵਿਚਾਰਾਂ ਦੀ ਸਾਂਝ ਤੇ ਜਿਸ ਤਰ੍ਹਾਂ ਆਪਜੀ ਜਾਣਦੇ ਹੋ ਕਿ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਬਹੁਤ ਨਜ਼ਦੀਕ ਆ ਗਿਆ ਹੈ ਇਸ ਲਈ ਸਾਡੀ ਜੋ ਅੱਜ ਵਿਚਾਰਾਂ ਦੀ ਸਾਂਝ ਹੈ ਉਹ ਹੈ ਸਾਬ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਤੇ ਸਤਗੁਰਾਂ ਦੀ ਸ਼ਹੀਦੀ ਕਿਸ ਤਰ੍ਹਾਂ ਹੋਈ ਉਸ ਦੇ ਕੀ ਕਾਰਨ ਸਨ ਔਰ ਉਸ ਸ਼ਹੀਦੀ ਤੋਂ ਸਾਨੂੰ ਕੀ ਪ੍ਰੇਰਣਾਵਾਂ ਮਿਲਦੀਆਂ ਇਹਨਾਂ ਸਾਰੇ ਹੀ ਵਿਸ਼ਿਆਂ ਤੇ ਅਸੀਂ ਅੱਜ ਕਰਨੀ ਹੈ ਗੱਲ ਤੇ ਮੈਨੂੰ ਮਾਣ ਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਨਾਲ ਇਹਨਾਂ ਵਿਸ਼ਿਆਂ ਤੇ ਵਿਚਾਰ ਚਰਚਾ ਦੀ ਸਾਂਝ ਪਾਉਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਸਰਦਾਰ ਹਰਪ੍ਰੀਤ ਸਿੰਘ ਜੀ ਸਰਦਾਰ ਹਰਪ੍ਰੀਤ ਸਿੰਘ ਜੀ ਇਤਿਹਾਸ ਦੇ ਬਹੁਤ ਹੀ ਸੁਲਝੇ ਹੋਏ ਵਿਦਵਾਨ ਨੇ ਅਤੇ ਗੁਰੂ ਨਾਨਕ ਫਿਫਥ ਐਂਟਰੀ ਸਕੂਲ ਮਸੂਰੀ ਦੇ ਵਿੱਚ ਐਜ਼ ਅ ਅਧਿਆਪਕ ਸੇਵਾ ਨਿਭਾ ਰਹੇ ਨੇ ਔਰ ਵੀਰ ਹਰਪ੍ਰੀਤ ਸਿੰਘ ਜੀ ਦੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਰੇਡੀਓ ਖੁਸ਼ੀ 90.4 FM ਤੇ ਵੀ ਖੂਬਸਾਰੇ ਪ੍ਰੋਗਰਾਮ ਚੱਲਦੇ ਐ ਔਰ ਬਹੁਤ ਸਾਰੀ ਸੰਗਤ ਉਹਨਾਂ ਤੋਂ ਲਾਭ ਲੈਂਦੀ ਐ ਤੇ ਅੱਜ ਅਸੀਂ ਸਤਿਗੁਰੂ ਜੀ ਦੇ ਜੀਵਨ ਤੇ ਵੀਰ ਜੀ ਨਾਲ ਵਿਚਾਰਾਂ ਸਾਂਝ ਕਰਾਂਗੇ ਵੀਰ ਹਰਪ੍ਰੀਤ ਸਿੰਘ ਜੀ ਪ੍ਰੋਗਰਾਮ ਗੁਰਮਤ ਵਿਚਾਰ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਗੁਰਵੇਲ ਸਿੰਘ ਜੀ ਤੇ ਮੇਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਫਤਿਹ ਪ੍ਰਵਾਨ ਕਰਨਾ ਜੀ ਔਰ ਬੜੀ ਖੁਸ਼ੀ ਵਾਲੀ ਗੱਲ ਹੈ ਬੜੀ ਮਾਣ ਵਾਲੀ ਗੱਲ ਹੈ ਕਿ ਵੀਰ ਜੀ ਨੇ ਮੈਨੂੰ ਦੁਬਾਰਾ ਮੌਕਾ ਦਿੱਤਾ ਹੈ ਆਪ ਸਭ ਦਰਸ਼ਕਾਂ ਨਾਲ ਗੁਰੂ ਜੀ ਦੇ ਜੀਵਨ ਤੇ ਵਿਚਾਰ ਪੇਸ਼ ਕਰਨ ਦਾ ਤੇ ਆਓ ਅਸੀਂ ਸਾਰੇ ਗੁਰੂ ਜੀ ਦੇ ਜੀਵਨ ਤੇ ਵਿਚਾਰ ਪ੍ਰਗਟ ਕਰਦੇ ਹਾਂ ਜੀ ਸਭ ਤੋਂ ਪਹਿਲੇ ਤੇ ਹੁਣ ਗੱਲ ਹੈ ਕਿ ਅਸੀਂ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਤੇ ਉਨ੍ਹਾਂ ਦੀਆਂ ਜੋ ਇਸ ਤੋਂ ਬਾਅਦ ਪਰਵਾਰ ਸੀ ਉਹਨਾਂ ਨੇ ਜੋ ਕਾਰਜਾਂ ਦੀ ਸਿਰਜਣਾ ਕੀਤੀ ਇਹਨਾਂ ਸਾਰੇ ਵਿਸ਼ਿਆਂ ਤੇ ਅਸੀਂ ਪਿਛਲੇ ਪ੍ਰੋਗਰਾਮਸ ਗੱਲ ਕਰ ਚੁੱਕੇ ਹਾਂ ਅੱਜ ਜੋ ਸਾਡੀ ਅਹਿਮ ਗੱਲ ਹੈ ਉਹ ਉਸ ਵਿਸ਼ੇ ਤੇ ਹੈ ਜੋ ਗੁਰੂ ਅਰਜਨ ਦੇਵ ਜੀ ਦੇ ਨਾਲ ਸ਼ੁਰੂ ਹੁੰਦਾ ਮੇਰੇ ਕਹਿਣ ਦਾ ਮਤਲਬ ਸ਼ਹੀਦੀ ਸ਼ਹੀਦੀ ਦਾ ਸੰਕਲਪ ਗੁਰੂ ਅਰਜਨ ਸਾਹਿਬ ਜੀ ਤੋਂ ਸਿਰਫ ਸਿੱਖਾਂ ਚ ਹੀ ਨਹੀਂ ਸਗੋਂ ਪੂਰੇ ਭਾਰਤ ਵਿੱਚ ਹੀ ਇੱਥੋਂ ਆਉਂਦਾ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਤੋਂ ਪਹਿਲਾਂ ਕੋਈ ਵੀ ਸ਼ਹੀਦ ਭਾਰਤ ਦੀ ਧਰਤੀ ਤੇ ਨਹੀਂ ਹੋਇਆ ਤੇ ਇਹ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੀ ਗੱਲ ਹੈ ਜਿਹੜੀ ਇਸ ਕਨਸੈਪਟ ਸਭ ਤੋਂ ਪਹਿਲੇ ਕਿੱਥੋਂ ਆਇਆ ਕਿਉਂਕਿ ਗੁਰੂ ਨਾਨਕ ਦੇਵ ਜੀ ਤੋਂ ਹੀ ਗੱਲ ਸ਼ੁਰੂ ਕੀਤੀ ਜਾਏ ਤਾਂ ਚੰਗੀ ਰਹੇਗੀ ਕਿਉਂਕਿ ਮੈਨੂੰ ਐਵੇਂ ਲੱਗਦਾ ਕਿ ਬਾਬੇ ਕਿਆਂ ਦੀ ਤੇ ਬਾਬਰ ਕਿਆਂ ਦੀ ਉੱਥੇ ਕੀ ਖੜਕੀ ਸੀ ਤੇ ਗੱਲ ਉੱਥੋਂ ਹੀ ਸ਼ੁਰੂ ਕਰ ਲਈ ਜੀ ਬੜਾ ਸੋਹਣਾ ਸਵਾਲ ਤੁਸੀਂ ਵੀਰ ਗੁਰਵੈਲ ਸਿੰਘ ਜੀ ਕੀਤਾ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਗੱਲ ਕਿਉਂ ਨਾ ਸ਼ੁਰੂ ਕੀਤੀ ਜਾਏ ਗੁਰੂ ਨਾਨਕ ਸਾਹਿਬ ਜੀ ਦੇ ਵਕਤ ਜਦੋਂ ਜਿੰਨੇ ਵੀ ਧਰਮਾਂ ਦੇ ਲੋਕ ਸਨ ਗੁਰੂ ਜੀ ਦੀ ਬਾਣੀ ਤੇ ਉਹਨਾਂ ਦੇ মুখ ਤੋਂ ਨਿਕਲੇ ਜਿਹੜੇ ਉਪਦੇਸ਼ ਸਨ ਉਹ ਸੁਣ ਕੇ ਮਿੱਠੀ ਬਾਣੀ ਜਿਹੜੀ ਹੈ ਉਹ ਜਦੋਂ ਉਹਨਾਂ ਨੇ ਸੁਣੀ ਤੇ ਗੁਰੂ ਜੀ ਦੇ ਆਪਣੇ ਆਪ ਉਹ ਚੇਲੇ ਤੇ ਫੋਲੋਅਰ ਬਣ ਗਏ ਜੀ ਤੇ ਆਇਸਤਾ ਆਇਸਤਾ ਹੌਲੀ-ਹੌਲੀ ਇਹ ਹੋਇਆ ਕਿ ਗੁਰੂ ਜੀ ਨੂੰ ਮੰਨਣ ਵਾਲਿਆਂ ਦੀ ਸੰਖਿਆ ਵੱਧਦੀ ਗਈ ਜੀ ਤੇ ਉਸ ਵਕਤ ਦੇ ਜਿਹੜੇ ਮੁਗਲ ਦਰਬਾਰ ਦੇ ਜੋ ਬਾਦਸ਼ਾਹ ਸਨ ਉਹਨਾਂ ਦੇ ਮਨ 'ਚ ਸ਼ੰਕਾ ਉਦੋਂ ਹੀ ਪੈਦਾ ਹੋ ਗਿਆ ਕਿ ਇਹ ਸਾਰੇ ਜਿਹੜੀ ਲੋਕ ਹਨ ਇਹ ਕਿਉਂ ਉਸ ਵਕਤ ਦੇ ਜਿਹੜੇ ਪੀਰ ਫਕੀਰ ਗੁਰੂ ਨਾਨਕ ਸਾਹਿਬ ਜਿਹਨਾਂ ਨੂੰ ਆਪ ਨਿਰੰਕਾਰ ਕਿਹਾ ਜਾਂਦਾ ਹੈ ਉਹਨਾਂ ਵੱਲ ਕਿਉਂ ਮੁਰਦੇ ਜਾ ਰਹੇ ਹਨ ਕਾਰਨ ਇਹ ਸੀ ਕਿ ਉਸ ਵਕਤ ਤਲਵਾਰ ਦਾ ਜ਼ੋਰ ਜ਼ਿਆਦਾ ਸੀ ਤਲਵਾਰ ਤੋਂ ਡਰ ਕੇ ਲੋਕ ਪ੍ਰੇਮ ਵੱਲ ਪਲਟ ਗਏ ਜੀ ਤੇ ਪ੍ਰੇਮ ਦੀ ਬਾਣੀ ਜਿਹੜੀ ਗੁਰੂ ਜੀ ਦੇ ਮੱਖੋਂ ਨਿਕਲੀ ਜਿਹੜੇ ਬੋਲ ਗੁਰੂ ਜੀ ਦੇ ਮੱਖੋਂ ਨਿਕਲੇ ਉਹ ਲੁਕਾਈ ਦੇ ਮਨ ਉਹਨਾਂ ਵੱਲ ਪਲਟ ਗਏ ਗੁਰੂ ਨਾਨਕ ਸਾਹਿਬ ਵੱਲ ਤੇ ਉਹ ਸੰਖਿਆ ਜਿਹੜੀ ਸੀ ਉਹ ਫਾਲੋਅਰ ਜਿਹੜੇ ਸਨ ਉਹ ਜਿਹੜੇ ਗੁਰੂ ਜੀ ਦੇ ਪ੍ਰਚਾਰਕ ਜਿਹੜੇ ਮੰਨਣ ਵਾਲੇ ਸਨ ਉਹ ਵਧਦੇ ਗਏ ਤੇ ਹੋਇਆ ਕਿ ਜਿਹੜਾ ਗੁਰੂ ਜੀ ਨੇ ਨਾਮ ਜਪੋ ਕੀਰਤ ਕਰੋ ਤੇ ਵੰਡ ਛਕੋ ਦਾ ਉਪਦੇਸ਼ ਸੀ ਇਹ ਲੋਕਾਂ ਦੇ ਵਿੱਚ ਬਹੁਤ ਤੇਜ਼ ਫੈਲਿਆ ਜੀ ਇਹ ਫੈਲਣ ਦੇ ਨਾਲ ਲੋਕਾਂ ਨੂੰ ਇਹ ਮਹਿਸੂਸ ਹੋਇਆ ਕਿ ਸਾਡਾ ਵੀ ਕੋਈ ਗੁਰੂ ਪੀਰ ਫਕੀਰ ਸਾਡੀ ਵੀ ਕੋਈ ਸੁਣਨ ਵਾਲਾ ਹੈ ਕਿਉਂਕਿ ਉਸ ਵਕਤ ਦੇ ਪੰਡਤ ਜੋ ਸਨ ਉਹ ਸੰਸਕ੍ਰਿਤੀ ਤੇ ਵੇਦਾਂ ਦਾ ਹੀ ਗਿਆਨ ਲੋਕਾਂ ਦੇ ਅੱਗੇ ਪੇਰੋਸਦੇ ਸਨ ਤੇ ਉਹ ਵੇਦ ਉਹ ਸੰਸਕ੍ਰਿਤ ਥੋੜੇ ਉਹਨਾਂ ਆਮ ਲੋਕਾਂ ਦੇ ਜੀਵਨ ਤੋਂ ਦੂਰ ਸਨ ਪਰ ਗੁਰੂ ਜੀ ਨੇ ਉਹਨਾਂ ਜਨ ਸਧਾਰਨ ਲੋਕਾਂ ਦੀ ਮਨਾਂ ਦੀ ਗੱਲ ਕੀਤੀ ਤੇ ਜਨ ਸਧਾਰਨ ਗੁਰੂ ਜੀ ਦੇ ਨਾਲ ਜੁੜਦੇ ਗਏ ਤੇ ਉਸ ਤੋਂ ਬਾਅਦ ਇਹ ਹੋਇਆ ਕਿ ਜਦੋਂ ਦੂਸਰੇ ਗੁਰੂ ਗੁਰੂ ਅੰਗਦ ਦੇਵ ਜੀ ਆਏ ਉਹਨਾਂ ਨੇ ਵੀ ਉਹੀ ਪ੍ਰਚਾਰ ਸਿੱਖ ਧਰਮ ਦਾ ਪ੍ਰਚਾਰ ਸਿੱਖ ਧਰਮ ਦਾ ਪ੍ਰਚਾਰ ਜੋ ਸੀ ਉਹ ਕਰਨਾ ਸ਼ੁਰੂ ਕੀਤਾ ਜਿਸ ਨਾਲ ਗੁਰੂ ਸਾਹਿਬਾਂ ਨੂੰ ਮੰਨਣ ਵਾਲਿਆਂ ਦੀ ਸੰਗਤ ਬਹੁਤ ਵੱਧ ਗਈ ਤੇ ਮੈਂ ਇਹ ਵੀ ਦੱਸ ਦਿਆਂ ਕਿ ਜਿਹੜਾ ਉਸ ਵਕਤ ਦਾ ਬਾਦਸ਼ਾਹ ਹਮਾਈਓ ਸੀ ਉਹ ਵੀ ਗੁਰੂ ਸਾਹਿਬਾਂ ਦੇ ਦਰਸ਼ਨਾਂ ਲਈ ਅ ਗੁਰੂ ਅੰਗਦ ਦੇਵ ਜੀ ਦੇ ਕੋਲ ਪਹੁੰਚਿਆ ਸੀ ਤੇ ਜਦੋਂ ਗੁਰੂ ਸਾਹਿਬਾਂ ਦੇ ਬੋਲ ਸੁਣੇ ਉਪਦੇਸ਼ ਸੁਣੇ ਵਿਚਾਰ ਸੁਣੇ ਤਾਂ ਹਮਾਈਉ ਵੀ ਉਸ ਵਕਤ ਹੈਰਾਨ ਹੋ ਗਿਆ ਸੀ ਕਿਉਂਕਿ ਬਹੁਤ ਸਾਰੀ ਸੰਗਤ ਬਹੁਤ سارے ਲੋਕ ਬਹੁਤ ਜਨ ਸਧਾਰਨ ਗੁਰੂ ਜੀ ਦੇ ਨਾਲ ਜੁੜ ਚੁੱਕਿਆ ਸੀ हां बिल्कुल जी ये बहुत सोणी गल कही क्योंकि गुरु नानक साहिब जी ਦੇ ਸਮੇਂ 'ਚ ਤਾਂ ਇਹ ਗੱਲ ਜਨ ਜਨ ਦੀ ਜ਼ਬਾਨ ਤੇ ਆ ਗਈ ਸੀ ਨਾਨਕ ਸ਼ਾ ਫकीर ਹਿੰਦੂਆਂ ਦਾ ਗੁਰੂ ਮੁਸਲਮਾਨਾਂ ਦਾ ਪੀਰ ਕਿ ਉਹ ਸਤਗੁਰੂ ਜੀ ਦੋਨਾਂ ਦੇ ਹੀ ਇੰਨੇ ਸਰਬਸਾਂਝੇ ਹੋਗੇ ਸਨ ਇਹ ਹੀ ਕਾਰਨ ਸੀ ਔਰ ਦੂਸਰੀ ਗੱਲ ਇਹ ਕਿ ਗੁਰੂ ਨਾਨਕ ਦੇਵ ਜੀ ਨੇ ਜ਼ੁਰਤ ਦੀ ਗੱਲ ਕੀਤੀ ਸੀ ਬਹਾਦਰੀ ਦੀ ਗੱਲ ਕੀਤੀ ਸੀ ਹੱਕਾਂ ਦੀ ਗੱਲ ਕੀਤੀ ਸੀ ਔਰ ਗੁਰੂ ਨਾਨਕ ਦੇਵ ਜੀ ਮੈਂ ਇਹ ਕਹਿ ਦੇਵਾਂ ਕਿ ਜੋ ਜਹਾਂਗੀਰ ਸੀ ਇਸ ਦੇ ਪਰਦਾਦੇ ਬਾਬਰ ਦੇ ਵਿਰੁੱਧ ਡਟ ਗਏ ਸਨ ਔਰ ਸਤਗੁਰਾਂ ਉਸ ਨੂੰ ਕਹਿ ਦਿੱਤਾ ਸੀ ਪਾਪ ਕੀ ਜੰਜ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਮੇ ਲਾ ਲੋ ਔਰ ਇਹ ਲੜਾਈ ਬਾਬੇ ਕਿਆਂ ਤੇ ਬਾਬਰ ਕਿਆਂ ਦੀ ਗੁਰੂ ਨਾਨਕ ਤੇ ਬਾਬਰ ਤੋਂ ਸ਼ੁਰੂ ਹੋਈ ਜੋ ਬਾਅਦ ਦੇ ਵਿੱਚ ਇੱਥੋਂ ਤਾਈ ਜਿਵੇਂ ਵੀਰ ਹਰਪ੍ਰੀਤ ਸਿੰਘ ਜੀ ਨੇ ਦੱਸਿਆ ਕਿ ਹਮਾਇਉ ਵੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਚ ਆਇਆ ਔਰ ਇੱਥੇ ਉਸ ਨੇ ਸਭ ਤੋਂ ਪਹਿਲਾਂ ਤਲਵਾਰ ਵੀ ਕੱਢ ਲਈ ਗੁਰੂ ਅੰਗਰ ਦੇਵ ਜੀ ਤੇ ਔਰ ਉਸ ਵੇਲੇ ਕੋਸ਼ ਇਤਿਹਾਸਕਾਰ ਤੇ ਕਹਿੰਦੇ ਆ ਜੇ ਕਿਤੇ ਉਹ ਡਰਿਆ ਨਾ ਹੁੰਦਾ ਜੇ ਉਹ ਹਾਰਿਆ ਨਾ ਹੁੰਦਾ ਜੇ ਉਹ ਕਬਰਾਇਆ ਨਾ ਹੁੰਦਾ ਤੇ ਸ਼ਾਇਦ ਇਹ ਪਹਿਲੀ ਸ਼ਹੀਦੀ ਗੁਰੂ ਅੰਗਦ ਸਾਹਿਬ ਦੀ ਹੋ ਜਾਂਦੀ ਤਲਵਾਰ ਉਹਨਾਂ ਤੇ ਚੱਲ ਜਾਂਦੀ ਰਹੋ ਵਿਚਾਰ ਔਰ ਇਦੋਂ ਬਾਅਦ ਉਸ ਦਾ ਬੇਟਾ ਹਿਮਾਯੂੰ ਦਾ ਬੇਟਾ ਤੇ ਜਹਾਂਗੀਰ ਦਾ ਫਾਦਰ ਪਿਓ ਪਿਤਾ ਹਾਂਜੀ ਅਕਬਰ ਜਿਹੜਾ ਇਹ ਗੁਰੂ ਅਮਰਦਾਸ ਜੀ ਦੇ ਕੋਲ ਆਂਦਾ ਗੁਰੂ ਸਾਹਿਬਾਂ ਤੋਂ ਮਤਾਸਰ ਵੀ ਹੁੰਦਾ ਹੈ ਉਹ ਵੀ ਥੋੜਾ ਦੱਸ ਕੇ ਫਿਰ ਅਸੀਂ ਗੁਰੂ ਅਰਜਨ ਦੇਵ ਜੀ ਦੇ ਸ਼ੀਧੀ ਦੇ ਘਰਾਂ ਤੇ ਆਈਏ ਇਹ ਜਦੋਂ ਗੁਰੂ ਸਾਹਿਬਾਂ ਦੇ ਉਪਦੇਸ਼ ਜਨ ਜਨ ਦੇ ਵਿੱਚ ਜਦੋਂ ਫੈਲੇ ਤੇ ਇਹ ਲੋਕਾਂ ਦੀ ਗਿਣਤੀ ਜਦੋਂ ਵੱਧਦੀ ਗਈ ਵੱਧਿਆਂ ਵੱਧਿਆਂ ਅਖੀਰ ਗੁਰੂ ਅਮਰਦਾਸ ਜੀ ਦਾ ਜਦੋਂ ਵਕਤ ਆਇਆ ਤੇ ਪ੍ਰਸ਼ੰਸਾ ਗੁਰੂ ਅਮਰਦਾਸ ਜੀ ਦੀ ਉਪਦੇਸ਼ ਗੁਰੂ ਅਮਰਦਾਸ ਜੀ ਦੇ ਇੰਨੀ ਦੂਰ ਤੱਕ ਫੈਲ ਗਏ ਕਿ ਦਿੱਲੀ ਤੇ ਬੈਠੇ ਅਕਬਰ ਬਾਦਸ਼ਾਹ ਤੱਕ ਵੀ ਪਹੁੰਚ ਗਏ ਜੀ ਅਕਬਰ ਬਾਦਸ਼ਾਹ ਨੇ ਸੋਚਿਆ ਕਿਉਂ ਨਾ ਉਸ ਸੰਤ ਮਹਾਪੁਰਖ ਉਸ ਗੁਰੂ ਨੂੰ ਮਿਲਿਆ ਜਾਵੇ ਤੇ ਉਹਨਾਂ ਤੋਂ ਕੁਝ ਉਹਨਾਂ ਤੋਂ ਕੁਝ ਪੁੱਛਿਆ ਜਾਵੇ ਜਾਂ ਉਹਨਾਂ ਦਾ ਕੁਝ ਦੇਖਿਆ ਜਾਵੇ ਇਹੋ ਜਿਹਾ ਕਿ ਉਹ ਕਿਸ ਤਰ੍ਹਾਂ ਜਨਸਧਾਰ ਨੂੰ ਆਪਣੇ ਨਾਲ ਜੋੜ ਰਹੇ ਹਨ ਕਿਉਂਕਿ ਉਸ ਵਕਤ ਦੇ ਬਾਦਸ਼ਾਹ ਇਹ ਚਾਹਦੇ ਸਨ ਕਿ ਹਰ ਵਕਤ ਹਰ ਜਗ੍ਹਾ ਹੀ ਮੁਸਲਿਮ ਤਰਮ ਹੋਣਾ ਚਾਹੀਦਾ ਹੈ ਜੀ ਤੇ ਇਸ ਕਾਰਨ ਉਹ ਚਾਹੁੰਦੇ ਸਨ ਕਿ ਅਸੀਂ ਵੀ ਉਹਨਾਂ ਸੰਤਾਂ ਮਹਾਪੁਰਖਾਂ ਨੂੰ ਆਪਣੇ ਨਾਲ ਜੋੜੀਏ ਤੇ ਆਪਣੇ ਧਰਮ ਨੂੰ ਅੱਗੇ ਵਧਾਈਏ ਜਦੋਂ ਅਕਬਰ ਬਾਦਸ਼ਾ ਆਪਣੀਆਂ ਰਾਣੀਆਂ ਦੇ ਸਮੇਤ ਗੁਰੂ ਅਮਰਦਾਸ ਜੀ ਦੇ ਦਰਬਾਰ ਦੇ ਵਿੱਚ ਪਹੁੰਚਦਾ ਹੈ ਤੇ ਗੁਰੂ ਅਮਰਦਾਸ ਜੀ ਦਾ ਉਸ ਵਕਤ ਇਹ ਹੁਕਮ ਸੀ ਕਿ ਪਾਛੇ ਸੰਗਤ ਪਹਿਲੇ ਪੰਗਤ ਤਾਂ ਪੰਗਤ ਦਾ ਮਤਲਬ ਕਿ ਲੰਗਰ ਦੇ ਵਿੱਚ ਜਾ ਕੇ ਲੰਗਰ ਛਕਣਾ ਜਦੋਂ ਅਕਬਰ ਬਾਦਸ਼ਾ ਆਪਣੀਆਂ ਰਾਣੀਆਂ ਦੇ ਸਮੇਤ ਜਾ ਕੇ ਉੱਥੇ ਲੰਗਰ ਛਕਿਆ ਤੇ ਜਿੱਥੇ ਅਮੀਰ ਗਰੀਬ ਬਿਨਾ ਜਾਤ ਦੇ ਬਿਨਾ ਭੇਦ ਭਾਵ ਦੇ ਸਾਰੇ ਇੱਕ ਜਗ੍ਹਾ ਬੈਠ ਕੇ ਲੰਗਰ ਛਕ ਰਹੇ ਸੀ ਤੇ ਇਹ ਚੀਜ਼ ਦੇਖ ਕੇ ਅਕਬਰ ਬਹੁਤ ਹੈਰਾਨ ਹੋਇਆ ਦੁਬਾਰਾ ਜਦੋਂ ਲੰਗਰ ਛਕਣ ਤੋਂ ਬਾਅਦ ਗੁਰੂ ਜੀ ਨੂੰ ਮਿਲਿਆ ਤੇ ਗੁਰੂ ਜੀ ਤੋਂ ਮੁੱਖ ਤੋਂ ਨਿਕਲੇ ਜਿਹੜੇ ਬੋਲ ਸਨ ਉਹ ਉਸ ਦੇ ਦਿਲ ਦੇ ਫਿਰਦੇ ਵਿੱਚ ਉਤਰ ਗਏ ਇਥੋਂ ਤੱਕ ਕੀ ਮੈਂ ਇਤਿਹਾਸ ਪੜ੍ਹਿਆ ਹੈ ਕਿ ਅਕਬਰ ਬਾਦਸ਼ਾਹ ਉਹਨਾਂ ਤੋਂ ਪ੍ਰਭਾਵਿਤ ਵੀ ਹੋਇਆ ਤੇ ਕੁਝ ਜ਼ਗੀਰ ਗੁਰੂ ਸਾਹਿਬਾਂ ਨੂੰ ਦਾਨ ਕਰਨ ਵਾਸਤੇ ਵੀ ਉਹਨਾਂ ਨੇ ਹੁਕਮ ਦਿੱਤਾ ਸੀ ਪਰ ਗੁਰੂ ਸਾਹਿਬਾਂ ਨੇ ਉਹਨਾਂ ਨੂੰ ਇਹ ਕਿਹਾ ਕਿ ਇਹ ਜੋ ਲੰਗਰ ਚੱਲਦਾ ਹੈ ਇਹ ਜੋ ਧਰਮ ਸ਼ਾਲਾ ਚੱਲਦੀ ਹੈ ਇਹ ਜੋ ਸਹਾਇਤਾ ਕੀਤੀ ਜਾਂਦੀ ਹੈ ਜਨ ਜਨ ਸਧਾਰਨ ਜਿਹੜੇ ਥੋੜਾ ਥੋੜਾ ਕਰਕੇ ਆਪਣਾ ਦਸਵੰਦ ਦਿੰਦੇ ਹਨ ਉਹਨਾਂ ਤੇ ਦਸਵੰਦ ਤੋਂ ਚੱਲਦੀ ਹੈ ਸਾਨੂੰ ਕਿਸੇ ਦੀ ਜਹਾਂਗੀਰ ਦੀ ਕਿਸੇ ਦੀ ਜਾਗੀਰ ਦੀ ਜ਼ਰੂਰਤ ਨਹੀਂ ਇਸ ਲਈ ਤੁਸੀਂ ਇਹ ਕੰਮ ਲੋਕਾਂ ਦੀ ਭਲਾਈ ਵਾਸਤੇ ਇਹ ਪੈਸਾ ਲੋਕਾਂ ਦੀ ਭਲਾਈ ਵਾਸਤੇ ਹੀ ਲਗਾਵੋ ਹੁਣ ਅਸੀਂ ਆਉਨੇ ਆ ਜੀ ਅਸਲ ਮੁੱਦੇ ਤੇ ਕਿਉਂਕਿ ਸਾਡਾ ਅੱਜ ਦਾ ਜੋ ਪ੍ਰੋਗਰਾਮ ਹੈ ਉਸ ਦਾ ਮੇਨ ਜੋ ਵਿਸ਼ਾ ਉਹ ਹੈ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਔਰ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਦੇ ਵਿੱਚ ਇੱਕ ਪਾਸੇ ਤਾਂ ਅਕਬਰ ਗੁਰੂ ਸਾਹਿਬਾਂ ਦੇ ਦਰਬਾਰ ਤੇ ਆਉਂਦਾ ਤੇ ਇੱਥੇ ਆ ਕੇ ਉਹ ਜਾਗੀਰਾਂ ਵੀ ਦਿੰਦਾ ਏ ਔਰ ਦੂਸਰੇ ਪਾਸੇ ਉਹਨਾਂ ਦਾ ਪੁੱਤਰ ਉੱਠਦਾ ਏ ਔਰ ਜਿਹੜਾ ਮਤਸਬੀ ਹੈ ਜਿਸ ਦੇ ਅੰਦਰ ਇਹੀ ਚੀਜ਼ ਹੈ ਕਿ ਧਰਮ ਦੀ ਕਟੜਤਾ ਚਾਹੀਦੀ ਏ ਕਿਉਂਕਿ ਉਹ ਤੁਜ ਕੇ ਜਹਾਂਗੀਰੀ ਦੇ ਵਿੱਚ ਵੀ ਬਹੁਤ ਕੁਸ਼ ਗੁਰੂ ਸਾਹਿਬਾਂ ਦੇ ਉਲਟ ਲਿਖਦਾ ਏ ਔਰ ਇਹ ਸਾਰੇ ਦੇ ਸਾਰੇ ਕਿਸ ਤਰ੍ਹਾਂ ਦਾ ਜਹਾਂਗੀਰ ਦਾ ਨੇਚਰ ਸੀ ਔਰ ਕੀ ਕੁਸ਼ ਉਸਨੇ ਗੁਰੂ ਸਾਹਿਬਾਂ ਦੇ ਵਿਰੋਧ ਕੀਤਾ ਸਭ ਤੋਂ ਪਹਿਲਾਂ ਇਹ ਗਰਾਉਂਡ ਕਿਵੇਂ ਬਣੇ ਇਹ ਗਰਾਉਂਡ ਦਾ ਕਾਰਨ ਵੀਰ ਗੁਰਵੈਲ ਸਿੰਘ ਜੀ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਜਹਾਂਗੀਰ ਬਾਦਸ਼ਾਹ ਸੀ ਅਕਬਰ ਬਾਦਸ਼ਾਹ ਤਾਂ ਬੜਾ ਹੀ ਪੋਲਾਈਟ ਤੇ ਸਾਰੇ ਧਰਮਾਂ ਨੂੰ ਮੰਨਣ ਵਾਲਾ ਸੀ ਸਾਰੇ ਧਰਮਾਂ ਨੂੰ ਸਤਿਕਾਰ ਦੇਣ ਵਾਲਾ ਸੀ ਪਰ ਜਹਾਂਗੀਰ ਜਿਹੜਾ ਸੀ ਇਹ ਕਟੜ ਸੀ ਇਸ ਨੂੰ ਸੁਣਨੀ ਸੁਣਨੀ ਕੈਟਾਗਰੀ ਵਿੱਚ ਰੱਖਿਆ ਗਿਆ ਹੈ ਜੀ ਤੇ ਦੂਸਰਾ ਇਹ ਉਸ ਵਕਤ ਇਹ ਵੀ ਸੁਣਨ ਵਿੱਚ ਇਤਿਹਾਸ ਤੋਂ ਮਿਲਦਾ ਹੈ ਕਿ ਇਹ ਕੰਨਾ ਦਾ ਵੀ ਥੋੜਾ ਕੱਚਾ ਸੀ ਜੋ ਵੀ ਅਹਲਕਾਰ ਜੋ ਵੀ ਸਿਪਾਹੀ ਇਹਨਾਂ ਦੇ ਧਰਮ ਦੇ ਖਿਲਾਫ ਕੋਈ ਵੀ ਗੱਲ ਹੁੰਦੀ ਸੀ ਪਹੁੰਚਦੀ ਸੀ ਤੇ ਉਸ ਦੇ ਖਿਲਾਫ ਕਾਰਵਾਈ ਕਰ ਦਿੰਦਾ ਸੀ ਬਿਨਾ ਸੋਚੇ ਸਮਝੇ ਬਿਨਾ ਤਫਸੀਸ਼ ਕੀਤੇ ਤਾਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦੇ ਸਬੰਧ ਵਿੱਚ ਵੀ ਕੁਝ ਇਸ ਤਰ੍ਹਾਂ ਹੀ ਹੋਇਆ ਕਿ ਉਸ ਵਕਤ ਜਿਹੜੇ ਕਟੜ ਮੁਸਲਮਾਨ ਸਨ ਜਾਂ ਹੋਰ ਕਟੜ ਲੋਕ ਸਨ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੀ ਵੱਧਦੀ ਹੋਈ ਪ੍ਰਸ਼ੰਸਾ ਨੂੰ ਦੇਖ ਕੇ ਜਹਾਂਗੀਰ ਕੋਲ ਸ਼ਿਕਾਇਤ ਕੀਤੀ ਸ਼ਿਕਾਇਤ ਇਹ ਕੀਤੀ ਕਿ ਗੁਰੂ ਅਰਜਨ ਦੇਵ ਜੀ ਦੇ ਜਿੰਨੇ ਵੀ ਚੇਲੇ ਹਨ ਉਹਨਾਂ ਦਾ ਪ੍ਰਭਾਵ ਵੱਧਦਾ ਪਿਆ ਹੈ ਔਰ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਕਿ ਧਰਮ ਨੂੰ ਆ ਮੁਸਲਮਾਨ ਧਰਮ ਨੂੰ ਦਿੱਕਤ ਜਾਂ ਪਰੇਸ਼ਾਨੀਆਂ ਸਾਹਮਣਾ ਕਰਨਾ ਪਵੇ ਸੋ ਜਹਾਂਗੀਰ ਦੇ ਦਿਮਾਗ ਦੇ ਵਿੱਚ ਵੀ ਇਹੀ ਸੀ ਕਿ ਆਪਣਾ دین ਇਲਾਹੀ ਜਿਹੜਾ ਹੈ ਉਸ ਨੂੰ ਫੈਲਾਣਾ ਹੋਰ ਕੋਈ ਤਰਮ ਨਹੀਂ ਹੋਣਾ ਚਾਹੀਦਾ ਪਰ ਗੁਰੂ ਸਾਹਿਬਾਂ ਦਾ ਇਹ ਵਿਚਾਰ ਸੀ ਇਹ ਉਪਦੇਸ਼ ਸੀ ਕਿ ਸਾਰੇ ਤਰਮ ਬਰਾਬਰ ਹਨ ਅਵਲ ਅੱਲਾ ਨੂਰੁ ਪਾਇਆ ਕੁਦਰਤ ਕੇ ਸੰਬੰਧੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੌਣ ਮੰਦੇ ਕੀ ਅਸੀਂ ਸਾਰੇ ਉਸ ਪ੍ਰਮਾਤਮਾ ਦੇ ਬੱਚੇ ਹਾਂ ਹਿੰਦੂ ਮੁਸਲਿਮ ਸਿੱਖ ਅਸਾਈ ਸਭ ਇੱਕ ਹੀ ਹਾਂ ਇਹ ਉਪਦੇਸ਼ ਜਿਹੜਾ ਸੀ ਉਸ ਵਕਤ ਦੇ ਬਾਦਸ਼ਾਹ ਨੂੰ ਪਤਿਆ ਨਹੀਂ ਹਾਂ ਇਹਹੀ ਗੱਲ ਹੈ ਕਿ ਖੁਦ ਵੀ ਜਹਾਂਗੀਰ ਆਪਣੀ ਬਾਇਓਗ੍ਰਾਫੀ ਚ ਲਿਖਦਾ ਹੈ ਜਿਸ ਦਾ ਨਾਮ ਹੈ ਤੁਜ਼ਕ-ਏ-ਜਹਾਂਗੀਰੀ ਉਹਦੇ ਚ ਲਿਖਦਾ ਹੈ ਕਿ ਮੈਂ ਬਹੁਤ ਲੰਬੇ ਸਮੇਂ ਤੋਂ ਸੁਣਦਾ ਸੀ ਕਿ ਇੱਕ ਝੂਠ ਦੀ ਦੁਕਾਨ ਇੱਕ ਹਿੰਦੂ ਫਕੀਰ ਅਰਜਨ ਨੇ ਬਿਆਸ ਦਰਿਆ ਦੇ ਕਿਨਾਰੇ ਤੇ ਗੋਇੰਦਵਾਲ ਵਿਖੇ ਖੋਲੀ ਹੋਈ ਹੈ ਔਰ ਮੈਂ ਚਾਹੁੰਦਾ ਹਾਂ ਕਿ ਉਸ ਨੂੰ ਬੰਦ ਕੀਤਾ ਜਾਏ ਔਰ ਨਾਲੇ ਲਿਖਦਾ ਕਿ ਇਹਦੇ ਲਈ ਮੈਨੂੰ ਸ਼ਿਕਾਇਤਾਂ ਵੀ ਬੜੀਆਂ ਮਿਲ ਰਹੀਆਂ ਸੀ ਉਨੇ ਬੜੀਆਂ ਸ਼ਿਕਾਇਤਾਂ ਕਰਨ ਵਾਲੇ ਕੌਣ ਸਨ ਉਹਨਾਂ ਦੇ ਵਿੱਚ ਕੀ ਉਹ ਲੋਕ ਜਿਹੜੇ ਗੁਰੂ ਅਰਜਨ ਦੇਵ ਜੀ ਕੋਲ ਬਾਣੀ ਲੈ ਕੇ ਆਏ ਸੀ ਜਾਂ ਅ ਪ੍ਰਿਥੀ ਚੰਦ ਸੀ ਕੌਣ ਸੀ ਇਹ ਬੜੀਆਂ ਸ਼ਿਕਾਇਤਾਂ ਇਹ ਬੜੀਆਂ ਸ਼ਿਕਾਇਤਾਂ ਵਾਲੇ ਸਭ ਤੋਂ ਪਹਿਲਾਂ ਤਾਂ ਕੁਝ ਜਿਹੜੇ ਸਾਧੂ ਸੰਤ ਸਨ ਜਿਨ੍ਹਾਂ ਵਿੱਚ ਪੀਲੂ ਹਮ ਵਾਰਿਸ਼ਾ ਤੇ ਇੱਕ ਹੋਰ ਭਗਤ ਦਾ ਨਾਮ ਵੀ ਆਂਦਾ ਹੈ ਇਹ ਸਾਰੇ ਜਦੋਂ ਪਹੁੰਚੇ ਤੇ ਗੁਰੂ ਸਾਹਿਬਾਂ ਨੇ ਸਾਰਿਆਂ ਦੀ ਬਾਣੀ ਪੜੀ ਵਿਚਾਰੀ ਤੇ ਜਿਹੜੀ ਬਾਣੀ ਇੱਕ ਅਕਾਲ ਪੁਰਖ ਦਾ ਰੂਪ ਪ੍ਰਗਟ ਕਰਦੀ ਸੀ ਉਸ ਬਾਣੀ ਨੂੰ ਰੱਖਿਆ ਔਰ ਬਾਕੀ ਸਾਰਿਆਂ ਨੂੰ ਭੇਜ ਦਿੱਤਾ ਪੀਲੂ ਵਾਰਿਸ਼ਾ ਤੇ ਉਸ ਵਕਤ ਤੇ ਹੋਰ ਵੀ ਜਿਹੜੇ ਸਨ ਭਗਤ ਕਾਨਾ ਔਰ ਸੱਜੂ ਇਹ ਨਾਰਾਜ਼ ਹੋ ਕੇ ਇਹ ਨਾਰਾਜ਼ ਹੋ ਕੇ ਜਹਾਂਗੀਰ ਦੇ ਕੋਲ ਪਹੁੰਚਦੇ ਹਨ ਤੇ ਉਥੇ ਆਪਣੀ ਸ਼ਿਕਾਇਤ ਦੱਸਦੇ ਹਨ ਪਹਿਲਾ ਤਾਂ ਇਹ ਬਣਿਆ ਦੂਸਰਾ ਉਹ ਇੱਕ ਉਸ ਵਕਤ ਇੱਕ ਮੁਸਲਮਾਨਾ ਦੀ ਇੱਕ ਬ੍ਰਾਂਚ ਚੱਲਦੀ ਸੀ ਜਿਸ ਦਾ ਨਾਮ ਨਕਸ਼ਬੰਦੀ ਸੀ ਤੇ ਉਹਨਾਂ شیخ ਸਰਹੰਦੀ ਅਹਿਮਦ شیخ ਸਰਹੰਦੀ ਵੀ ਗੁਰੂਜੀ ਦਾ ਵਿਰੋਧੀ ਸੀ ਉਸਨੇ ਵੀ ਗੁਰੂਜੀ ਦੇ ਖਿਲਾਫ ਜਹਾਂਗੀਰ ਦੇ ਕੰਨ ਪਰੇ ਔਰ ਇਸ ਤੋਂ ਅਗਲੀ ਗੱਲ ਜੋ ਸ਼ਿਕਾਇਤ ਮਿਲੀ ਉਹ ਇੱਕ ਦੀਵਾਨ ਚੰਦੂ ਵੀ ਸੀ ਜਿਸਨੇ ਏ ਵੀ ਸ਼ਿਕਾਇਤ ਕੀਤੀ ਕਿ ਗੁਰੂ ਅਰਜਨ ਦੇਵ ਜੀ ਦਾ ਵੱਧ ਦਾ ਪ੍ਰਤਾਪ ਰੋਕਿਆ ਜਾਏ ਤੇ ਉਹਦੇ ਵਿੱਚ ਉਸ ਦੀ ਥੋੜੀ ਆਪਣੀ ਨਿੱਜੀ ਦੁਸ਼ਮਣੀ ਵੀ ਸੀ ਸੋ ਕਾਫੀ ਸ਼ਿਕਾਇਤਾਂ ਜਦੋਂ ਮਿਲੀਆਂ ਤੇ ਜਹਾਂ ਗੂਰ ਨੇ ਬਿਨਾਂ ਸੋਚੇ ਸਮਝੇ ਗੁਰੂ ਜੀ ਨੂੰ ਗ੍ਰਿਫਤਾਰੀ ਦਾ ਹੁਕਮ ਦੇ ਦਿੱਤਾ ਸੀ ਹਾਂ ਹਾਂ ਕਿਉਂਕਿ ਇਸ ਤੋਂ ਬਾਅਦ ਉਹ ਜਿਸ ਤਰ੍ਹਾਂ ਨਾ ਜਹਾਗੀਰੀ ਦੇ ਵਿੱਚ ਲਿਖਦਾ ਹੈ ਕਿ ਫਿਰ ਮੈਂ ਮੁਰਤਜ਼ਾ ਖਾਨ ਨੂੰ ਕਿਹਾ ਕਿ ਇਸ ਦਾ ਜਿਹੜਾ ਉਹ ਘਰ-ਗਾਟ ਤਬਾਹ ਕਰ ਦਿੱਤਾ ਜਾਏ ਔਰ ਇਸ ਨੂੰ ਕੈਦ ਕਰਕੇ ਮੇਰੇ ਸਾਹਮਣੇ ਪੇਸ਼ ਕੀਤਾ ਜਾਏ ਇਹ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਹੁੰਦੀਆਂ ਕਿ ਇਹਦੇ ਵਿੱਚ ਪ੍ਰਿਥੀ ਚੰਦ ਕਿਉਂਕਿ ਜਿਸ ਨੂੰ ਗੁਰਗੱਦੀ ਨਹੀਂ ਮਿਲੀ ਸੀ ਗੁਰੂ ਰਾਮਦਾਸ ਜੀ ਨੇ ਉਹਨੂੰ ਪਾਸ ਆਊਟ ਕਰਕੇ ਐਕਸਾਈਡ ਕਰਕੇ ਗੱਦੀ ਹੈ ਜਿਹੜੀ ਉਹ ਗੁਰੂ ਅਰਜਨ ਦੇਵ ਜੀ ਨੂੰ ਦੇ ਦਿੱਤੀ ਸੀ ਤੇ ਬਾਦਸ਼ਾਹ ਤੇ ਚਾਹੁੰਦੇ ਹੁੰਦੇ ਆ ਕਿ ਕਿਤੇ ਫੁੱਟ ਪਾਈ ਜਾਵੇ ਇਹ ਰਾਜ ਕੀਤਾ ਜਾਵੇ ਪਾੜਨਾ ਕਿਉਂਕਿ ਪਹਿਲਾ ਕੰਮ ਹੁੰਦਾ ਇਹ ਪ੍ਰਿਥੀ ਚੰਦ ਦਾ ਵੀ ਇਹਦੇ ਚ ਰੋਲ ਰਿਹਾ ਹੈ ਕੋਈ ਬਿਲਕੁਲ ਜੀ ਪ੍ਰਿਥੀ ਚੰਦ ਜਿਹੜੇ ਕਿ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਸਨ ਇਹਨਾਂ ਦਾ ਵੀ ਰੋਲ ਰਿਹਾ ਰੋਲ ਇਹ ਰਿਹਾ ਕਿ ਇਹ ਜਦੋਂ ਗੁਰੂ ਰਾਮਦਾਸ ਜੀ ਨੇ ਗੁਰਗੱਦੀ ਦਿੱਤੀ ਤੇ ਗੁਰਗੱਦੀ ਜਿਹੜਾ ਗੁਰਗੱਦੀ ਦੇ ਲਾਇਕ ਹੋਏ ਉਸ ਨੂੰ ਹੀ ਦਿੱਤੀ ਜਾਂਦੀ ਹੈ ਜੀ ਤੇ ਗੁਰਗੱਦੀ ਦੇ ਲਾਇਕ ਉਸ ਵਕਤ ਗੁਰੂ ਅਰਜਨ ਦੇਵ ਜੀ ਸਨ ਕਿਉਂਕਿ ਗੁਰੂ ਵਾਲੇ ਪੂਰੇ ਗੁਣ ਜਿਹੜੇ ਗੁਰੂ ਅਰਜਨ ਦੇਵ ਜੀ ਸਨ ਪਰ ਵੱਡਾ ਪ੍ਰਾਪਤੀ ਚ ਨਰਾਜ ਹੋਇਆ ਉਸ ਨੇ ਨਰਾਜ ਹੋਣ ਦੇ ਨਾਲ ਨਾਲ ਹੋਰ ਬਹੁਤ ਕੰਮ ਕੀਤੇ ਗੁਰੂ ਅਰਜਨ ਦੇਵ ਜੀ ਨੂੰ ਬਹੁਤ ਮੁਸ਼ਕਲਾਂ ਪੈਦਾ ਕੀਤੀਆਂ ਜੀ ਆਪਣੇ ਆਪ ਨੂੰ ਪ੍ਰਿਥੀ ਚੰਦ ਨੇ ਗੁਰੂ ਐਲਾਨ ਕਰ ਦਿੱਤਾ ਆੰਦੀ ਸੰਗਤ ਤੋਂ ਉਸ ਦਸਵੰਦ ਸਾਰਾ ਇਕੱਠਾ ਕਰਦਾ ਰਿਹਾ ਇਤੋਂ ਤੱਕ ਕਿ ਆਪਣੇ ਨਾਨਕ ਪਦ ਲਗਾ ਕੇ ਆਪਣੀ ਗੁਰਬਾਣੀ ਵੀ ਰਚੀ ਤੇ ਜਦੋਂ ਇਹ ਚੁਕਾਏ ਇਹ ਮੁਸ਼ਕਲਾਂ ਗੁਰੂ ਜੀ ਨੂੰ ਕਿਸੇ ਵੀ ਤਰ੍ਹਾਂ ਪਰੇਸ਼ਾਨ ਨਾ ਕਰ ਸਕੀਆਂ ਤੇ ਉਸਨੇ ਜਹਾਂਗੀਰ ਬਾਦਸ਼ਾਹ ਕੋਲ ਵੀ ਸ਼ਿਕਾਇਤ ਕੀਤੀ ਕਿ ਮੇਰੇ ਛੋਟੇ ਵੀਰ ਨੂੰ ਗੁਰਗੱਦੀ ਦਿੱਤੀ ਗਈ ਹੈ ਜਦਕਿ ਗੁਰਗੱਦੀ ਦਾ ਮਾਲਕ ਮੈਂ ਹਾਂ ਸੋ ਇਹਨਾਂ ਸਾਰੀਆਂ ਸ਼ਿਕਾਇਤਾਂ ਚੰਦੂ ਦੀ ਸ਼ਿਕਾਇਤ شیخ ਸਰਹੰਦੀ ਦੀ ਸ਼ਿਕਾਇਤ ਕਟੜ ਉਸ ਵਕਤ ਦੇ ਲੋਕਾਂ ਦੀਆਂ ਸ਼ਿਕਾਇਤਾਂ ਜਦੋਂ ਇਹ ਪਹੁੰਚੀਆਂ ਤੇ ਜਹਾਂਗੀਰ ਨੇ ਸੋਚਿਆ ਕਿ ਸ਼ਾਇਦ ਇਹ ਜੋ ਪੀਰ ਫਕੀਰ ਹੈ ਇਹ ਜੋ ਗੁਰੂ ਹੈ ਇਹ ਵਾਕਈ ਹੀ ਸਾਡੇ ਧਰਮ ਨੂੰ ਨੁਕਸਾਨ ਪਹੁੰਚਾ ਰਿਹਾ ਤੇ ਇਸ ਨੂੰ ਗ੍ਰਿਫਤਾਰ ਕਰਕੇ ਇਸ ਨੂੰ ਜਰੂਰ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੁਰਤਜ਼ਾ ਖਾਨ ਨੂੰ ਕਹਿ ਕੇ ਗ੍ਰਿਫਤਾਰ ਕਰਵਾਇਆ ਗਿਆ ਤੇ ਗੁਰੂ ਸਾਹਿਬਾਂ ਦੇ ਉੱਤੇ ਯਾਸਾ ਨਾਮ ਦਾ ਕਾਨੂੰਨ ਲਗਾ ਦਿੱਤਾ ਗਿਆ ਇਹ ਯਸਾ ਨਾਮ ਦਾ ਕਾਨੂੰਨ ਕੀ ਹੈ ਕਿਉਂਕਿ ਦਰਸ਼ਕ ਇਹ ਵੀ ਜਾਨਣਾ ਚਾਹਣਗੇ ਇੱਕ ਨਵਾਂ ਸ਼ਬਦ ਹੈ ਸਾਡੇ ਲਈ ਕਿ ਯਸਾ ਇਹ ਚੀਜ਼ ਕੀ ਹੈ ਕੀ ਕਾਨੂੰਨ ਹੈ ਔਰ ਕਿਹੜੀਆਂ-ਕਿਹੜੀਆਂ ਸਜ਼ਾਵਾਂ ਸਤਗੁਰਾਂ ਨੂੰ ਉੱਥੇ ਦਿੱਤੀਆਂ ਗਈਆਂ ਅ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਬਹੁਤ ਸਾਰੀ ਸੰਗਤ ਗੁਰੂ ਜੀ ਦੇ ਨਾਲ ਚੱਲ ਪਈ ਪਰ ਗੁਰੂ ਜੀ ਨੇ ਕਿਹਾ ਕਿ ਸਾਰੀ ਸੰਗਤ ਵਾਪਸ ਜਾਏ ਅਸੀਂ ਜਹਾਂਗੀਰ ਨਾਲ ਖੁਦ ਜਾ ਕੇ ਗੱਲਬਾਤ ਕਰਾਂਗੇ ਆਪਣੀ ਵਿਚਾਰ ਪੇਸ਼ ਕਰਾਂਗੇ ਜੋ ਵੀ ਸਾਨੂੰ ਉਹ ਸਜ਼ਾ ਦੇਵੇਗਾ ਸੀ ਪ੍ਰਮਾਨ ਕਰਾਂਗੇ ਤੁਸੀਂ ਪਿੱਛੇ ਸੰਗਤ ਨੇ ਬੈਠ ਕੇ ਪ੍ਰਭੂ ਸਿਮਰਨ ਪ੍ਰਭੂ ਦੀ ਪਗਤੀ ਕਰਨੀ ਹੈ ਯਾਸਾਨਾਮ ਦਾ ਜੋ ਕਾਨੂੰਨ ਹੈ ਉਹ ਇਹ ਹੈ ਕਿ ਇਸ ਕਾਨੂੰਨ ਦੇ ਤਹਿਤ ਜਿਹੜਾ ਮੁਜ਼ਰਮ ਹੈ ਉਸ ਨੂੰ ਪਕੜ ਲਿਆ ਜਾਏ ਔਰ ਉਸ ਨੂੰ ਪਹਿਲਾਂ ਤਾਂ ਆਪਣੀਆਂ ਹਦਾਇਤਾਂ ਮਰਵਾਈਆਂ ਜਾਣ ਜੇ ਉਹ ਮੰਨ ਜਾਏ ਤੇ ਠੀਕ ਨਹੀਂ ਮੰਨਦਾ ਤੇ ਉਸ ਨੂੰ ਸ਼ਹੀਦ ਕਰ ਦਿੱਤਾ ਜਾਏ ਉਸ ਨੂੰ ਸਜ਼ਾਵਾ ਦਿੱਤੀ ਜਾਂ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਪਰ ਇਸ ਸਖਤ ਸਜ਼ਾ ਦੇ ਦੌਰਾਨ ਉਸ ਦਾ ਖੂਨ ਧਰਤੀ ਤੇ ਨਹੀਂ ਡੁੱਲਣਾ ਚਾਹੀਦਾ ਔਰ ਸਖਤ ਤੋਂ ਸਖਤ ਸਜ਼ਾ ਦੇ ਕੇ ਉਸ ਦਾ ਖਾਤਮਾ ਕਰਨਾ ਇਹ ਜਾਸਾ ਕਾਨੂੰਨ ਦੇ ਤਹਿਤ ਆਂਦਾ ਹੈ ਤੇ ਗੁਰੂ ਅਰਜਨ ਦੇਵ ਜੀ ਨੂੰ ਜਾਸਾ ਕਾਨੂੰਨ ਦੇ ਤਹਿਤ ਸਜ਼ਾ ਦਿੱਤੀ ਗਈ ਔਰ ਜਦੋਂ ਗੁਰੂ ਜੀ ਨੂੰ ਲਾਹੌਰ ਕੈਦ ਕੀਤਾ ਗਿਆ ਤੇ ਕੈਦ ਕਰਕੇ ਪਹਿਲੇ ਹੀ ਦਿਨ ਤੋਂ ਹੀ ਗੁਰੂ ਅਰਜਨ ਦੇਵ ਜੀ ਨੂੰ ਭੁੱਖੇ ਤੇ ਪਿਆਸੇ ਰੱਖਿਆ ਗਿਆ ਜੀ ਕੁਝ ਵੀ ਖਾਣ ਨੂੰ ਨਹੀਂ ਦਿੱਤਾ ਗਿਆ ਗੁਰੂ ਜੀ ਨੂੰ ਅ ਇੱਕ ਇਹੋ ਜੇ ਜਗ੍ਹਾ ਦੇ ਵਿੱਚ ਰੱਖਿਆ ਗਿਆ ਜਿੱਥੇ ਚੰਗੀ ਤਰ੍ਹਾਂ ਬੈਠਿਆ ਉੱਠਿਆ ਵੀ ਨਹੀਂ ਸੀ ਜਾਂਦਾ ਤੇ ਸਰੀਰਕ ਤੌਰ ਤੇ ਕਸ਼ਟ ਦੇ ਰਹੇ ਸਨ ਤੇ ਦੂਸਰੇ ਦਿਨ ਫਿਰ ਜਦੋਂ ਗੁਰੂ ਜੀ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਹਾਮੀ ਅੱਗੋਂ ਉਹਨਾਂ ਨੂੰ ਨਾ ਭਰੀ ਤੇ ਸਖਤ ਸਜ਼ਾ ਦੇਣ ਵਾਲਿਆਂ ਨੇ ਦੂਸਰੇ ਦਿਨ ਗੁਰੂ ਜੀ ਨੂੰ ਪਾਣੀ ਦੇ ਦੇਗ ਦੇ ਦੇਗ ਚ ਵਿੱਚ ਉਬਾਲ ਦਿੱਤਾ ਪਾਣੀ ਦੇ ਦੇਗ ਦੇ ਦੇਗ ਚ ਵਿੱਚ ਵੀ ਬੈਠੇ ਗੁਰੂ ਸਾਹਿਬ ਉਸ ਪ੍ਰਭ ਪ੍ਰਮਾਤਮਾ ਦਾ ਜਾਪ ਉਸ ਪ੍ਰਭੂ ਪ੍ਰਮਾਤਮਾ ਦਾ ਸਿਮਰਨ ਕਰਦੇ ਰਹੇ ਕਿਉਂਕਿ ਜਿਹੜੀ ਪ੍ਰਭੂ ਪ੍ਰਮਾਤਮਾ ਦੇ ਸਿਮਰਨ ਦੀ ਜਿਹੜੀ ਠੰਡਕ ਹੈ ਉਹ ਕਈ ਸੂਰਜਾਂ ਦੀ ਅੱਗ ਨੂੰ ਵੀ ਠੰਡਾ ਕਰ ਦਿੰਦੀ ਹੈ ਜੀ ਤੇ ਜੋ ਗੁਰੂ ਸਾਹਿਬਾਂ ਨੇ ਸਿਮਰਨ ਕੀਤਾ ਜੋ ਜਾਪ ਕੀਤਾ ਉਹ ਉਸ ਵਕਤ ਦੀ ਅੱਗ ਨੂੰ ਠੰਡਾ ਕਰਨ ਵਾਸਤੇ ਕੀਤਾ ਤੇ ਤੀਸਰੇ ਦਿਨ ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਤਤੀ ਤਵੀ ਤੇ ਬਿਠਾ ਕੇ ਉਹਨਾਂ ਨੂੰ ਸਖਤ ਤੋਂ ਸਖਤ ਉਹਨਾਂ ਨੂੰ ਸਜਾ ਦਿੱਤੀ ਗਈ ਜੀ ਤੇ ਚੌਥੇ ਦਿਨ ਫਿਰ ਤਤੀ ਤਵੀ ਤੇ ਬਿਠਾ ਕੇ ਉਹਨਾਂ ਨੂੰ ਸਿਰ ਦੇ ਉੱਤੋਂ ਦੀ ਗਰਮ ਰੇਤਾ ਪਾਈ ਗਈ ਔਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜੇਠ ਹਾਰਡ ਦੇ ਮਹੀਨੇ ਚ ਕਿੰਨੀ ਗਰਮੀ ਹੁੰਦੀ ਹੈ ਔਰ ਜੇਠ ਹਾਰਡ ਦੇ ਮਹੀਨਿਆਂ ਦੇ ਵਿੱਚ ਤਪਦੀ ਅੱਗ ਚੁੱਲ੍ਹਾ ਵੱਡਾ ਲਗਾ ਕੇ ਉਹਦੇ ਤੇ ਤਵਾ ਰੱਖ ਕੇ ਉਹਦੇ ਤੇ ਬਿਠਾ ਦੇਣਾ ਉਹਦੇ ਉੱਤੋਂ ਦੀ ਰੇਤ ਪਾਉਣੀ ਇਹ ਜਿਹੜਾ ਅ ਸਭ ਕੁਝ ਸਹਿਣਾ ਸੀ ਇਹ ਉਸ ਅਕਾਲਪੁਰਖ ਪ੍ਰਮਾਤਮਾ ਦੇ ਨਾਮ ਸਿਮਰਨ ਸਦਕਾਈ ਸੀ ਤੇ ਗੁਰੂ ਜੀ ਨੇ ਉਸ ਵਕਤ ਵੀ ਤਤੀ ਤਵੀ ਤੇ ਬੈਠਿਆ ਵੀ ਇਹੀ ਗਾਇਆ ਸੀ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਔਰ ਗੁਰਬਾਣੀ ਦੇ ਵਿੱਚ ਇੱਕ ਤੁਕ ਆਉਂਦੀ ਹੈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਇੱਕ ਵਾਰ ਗੁਰੂ ਸਾਹਿਬਾਂ ਨੂੰ ਨਾ ਕਿਸੇ ਸਿੱਖ ਨੇ ਪੁੱਛਿਆ ਕਿ ਗੁਰੂ ਸਾਹਿਬ ਇਸ ਦਾ ਗੁਰਬਾਣੀ ਦਾ ਕੀ ਅਰਥ ਹੈ ਤੇ ਉਸ ਵਕਤ ਗੁਰੂ ਸਾਹਿਬਾਂ ਨੇ ਕਿਹਾ ਸੀ ਕਿ ਜਦੋਂ ਸਮਾਂ ਆਏਗਾ ਅਸੀਂ ਤੁਹਾਨੂੰ ਇਹ ਪ੍ਰਤੱਖ ਕਰਕੇ ਦਿਖਾਵਾਂਗੇ ਤੇ ਗੁਰੂ ਜੀ ਨੇ ਅਗਨੀ ਦੇ ਵਿੱਚ ਜਲ ਕੇ ਸੰਸਾਰ ਦਾ ਜਿਹੜਾ ਦੁੱਖ ਸੀ ਸੰਸਾਰ ਦਾ ਜਿਹੜਾ ਕਸ਼ਟ ਸੀ ਉਹ ਆਪਣੇ ਉੱਤੇ ਲਿਆ ਤੇ ਇਹ ਸਿਖਾਇਆ ਕਿ ਸਬਰ ਸੰਤੋਖ ਤੇ ਨਿਮਰਤਾ ਤੁਹਾਡੇ ਸਾਰਿਆਂ ਦੇ ਵਿੱਚ ਬੇਅੰਤਹਾ ਹੋਣੀ ਚਾਹੀਦੀ ਹੈ ਤਾਂਹੇ ਤੁਹਾਡੇ ਉੱਤੇ ਚਾਹੇ ਜਿੰਨਾ ਵੀ ਜ਼ੁਲਮ ਹੋਵੇ ਅਨਿਆਹ ਹੋਵੇ ਉਸ ਨੂੰ ਪ੍ਰਮਾਤਮਾ ਦਾ ਭਾਣਾ ਮੰਨ ਕੇ ਸ਼ੁਕਰ ਮੰਨ ਕੇ ਮੰਨਣਾ ਚਾਹੀਦਾ ਹੈ ਜਪਿਓ ਜਿਨ ਅਰਜਨ ਦੇਵ ਗੁਰੂ ਤੇ ਫਿਰ ਸੰਕਟ ਜਉਣ ਗਰਬਨਾ ਆਇਓ ਗੁਰੂ ਅਰਜਨ ਸਾਹਿਬ ਮਹਾਰਾਜ ਇੱਕ ਐਸੇ ਸਤਗੁਰੂ ਹਨ ਜਿਨ੍ਹਾਂ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਸਿਰਫ ਇੱਕ ਹੀ ਗੱਲ ਕਹੀ ਜਾ ਸਕਦੀ ਹੈ ਤੇਰਾ ਕਮਣ ਕਮਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਗੁਰੂ ਅਰਜਨ ਸਾਹਿਬ ਐਸੇ ਮਹਾਨ ਸਤਗੁਰੂ ਹਨ ਔਰ ਸਾਰੇ ਹੀ ਸਤਗੁਰਾਂ ਦੇ ਜੀਵਨ ਤੇ ਇਹ ਸਾਡੀ ਜੋ ਵਿਚਾਰਾਂ ਦੀ ਲੜੀ ਹੈ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗੀ ਔਰ ਗੁਰੂ ਸਾਹਿਬਾਂ ਦੇ ਜੀਵਨ ਦੇ ਬਾਕੀ ਪੱਖਾਂ ਨੂੰ ਵੀ ਅਸੀਂ ਵਿਸਤਾਰ ਸਹਿਤ ਆਪ ਜੀ ਦੇ ਰੂਬਰੂ ਲੈ ਕੇ ਆਵਾਂਗੇ ਔਰ ਇਸ ਦੇ ਨਾਲ ਹੀ ਇੱਕ ਗੁਜਾਰਿਸ਼ ਮੈਂ ਜ਼ਰੂਰ ਕਰ ਦੇਵਾਂਗਾ ਕਿ ਜੇਕਰ ਤੁਸੀਂ ਇਸ ਪ੍ਰੋਗਰਾਮ ਨੂੰ YouTube ਤੇ ਦੇਖ ਰਹੇ ਹੋ ਤਾਂ ਸਾਡੇ ਇਸ ਚੈਨਲ ਨੂੰ ਜੇਕਰ ਅਜੇ ਤਾਈਂ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦੇਵੋ ਨਾਲ ਜੋ ਬੈਲ ਆਈਕਨ ਹੈ ਇਸ ਨੂੰ ਵੀ ਦਬਾ ਦੇਵੋ ਤਾਂ ਕਿ ਸਾਡੀਆਂ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਸਮੇਂ ਸਿਰ ਪਹੁੰਚਣ ਜੇਕਰ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਤੇ ਵੀ ਸਾਡੇ ਇਸ ਪੇਜ ਨੂੰ ਤੁਸੀਂ ਲਾਈਕ ਕਰ ਲਵੋ ਔਰ ਨਾਲ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰੋ ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓ ਲੱਗ ਰਹੀ ਹੈ ਤੁਸੀਂ ਆਪਣੇ ਕਮੈਂਟਸ ਵੀ ਜਰੂਰ ਦਿਓ ਤੇ ਵੀਰ ਹਰਪ੍ਰੀਤ ਸਿੰਘ ਜੀ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਏ ਆਕੇ ਦਰਸ਼ਕਾਂ ਦੇ ਨਾਲ ਸਾਂਝਾ ਪਾਈਆਂ ਔਰ ਆਸ ਕਰਾਂਗੇ ਅੱਗੇ ਤੋਂ ਵੀ ਜਦੋਂ ਬੁਲਾਇਏ ਇਸੇ ਤਰ੍ਹਾਂ ਤੁਸੀਂ ਇਹ ਸਾਂਝਾਂ ਨੇ ਜਿਹੜੀਆਂ ਦਰਸ਼ਕਾਂ ਨਾਲ ਪਾਉਂਦੇ ਰਹੋਗੇ ਨਿਰੰਤਰ ਵਾਹਿਗੁਰੂ ਜੀ ਜਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ